ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜਿੱਥੇ ਵੱਡੀਆਂ ਵੱਡੀਆਂ ਰਾਜਨੀਤਿਕ ਪਾਰਟੀਆਂ ਆਪਣੇ ਉਮੀਦਵਾਰ ਖੜ੍ਹੇ ਕਰਕੇ ਆਪਣੀ ਪਾਰਟੀ ਦੀ ਸਰਕਾਰ ਬਣਾਉਣ ਦੇ ਵੱਡੇ ਵੱਡੇ ਦਾਅਵੇ ਕਰ ਰਹੀਆਂ ਨੇ, ਉੱਥੇ ਹੀ ਪੰਜਾਬ ਵਿੱਚ ਆਜ਼ਾਦ ਉਮੀਦਵਾਰ ਅਤੇ ਛੋਟੀਆਂ ਰਾਜਨੀਤਿਕ ਪਾਰਟੀਆਂ ਵੀ ਆਪਣੇ ਉਮੀਦਵਾਰ ਖੜ੍ਹੇ ਕਰਕੇ ਲੋਕਾਂ ਨੂੰ ਉਹਨਾਂ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕਰ ਰਹੇ ਨੇ। ਗੱਲ ਕਰੀਏ ਸ਼ਾਹੀ ਸ਼ਹਿਰ ਪਟਿਆਲਾ ਦੀ, ਜਿੱਥੇ ਹਿੰਦੁਸਤਾਨ ਸ਼ਕਤੀ ਸੈਨਾ ਤੋਂ ਪਟਿਆਲਾ ਸ਼ਹਿਰੀ ਦੇ ਉਮੀਦਵਾਰ ਸ਼ਮਕਾਂਤ ਪਾਂਡੇ ਵੱਲੋਂ ਇੱਕ ਚੋਣ ਰੈਲੀ ਰੱਖੀ ਗਈ। ਇਸ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਇਸ ਵਾਰ ਜਿੱਤ ਪ੍ਰਾਪਤ ਕਰੇਗੀ ਅਤੇ ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਪਟਿਆਲਾ ਸ਼ਹਿਰੀ ਦੇ ਉਮੀਦਵਾਰ ਨੇ ਕਿਹਾ ਕਿ ਅਸੀਂ ਹਿੰਦੂ ਭਾਈਚਾਰੇ ਮੁੱਦਿਆਂ ਨੂੰ ਲੈ ਕੇ ਲੋਕਾਂ ਕੋਲ ਜਾ ਰਹੇ ਹਾਂ ਅਤੇ ਲੋਕ ਸਾਡੀ ਗੱਲ ਸੁਣ ਰਹੇ ਨੇ। ਸ਼ਕਤੀ ਸੈਨਾ ਕੇ ਰਾਸ਼ਟਰੀ ਪ੍ਰਮੁੱਖ ਸ਼੍ਰੀ ਪਵਨ ਗੁਪਤਾ ਜੀ ਕੇ ਆਸ਼ੀਰਵਾਦ ਸੇ ਪਟਿਆਲਾ ਸ਼ਹਿਰੀ ਬਣ ਕੇ ਉਮੀਦਵਾਰ ਹੈ। ਚੁਣਾਵ ਨਿਸ਼ਾਨ ਨਾਰੀਅਲ ਪੇ ਅਸੀਂ ਲੜ ਰਹੇ ਹੈ ਔਰ ਸ਼ਿਵ ਸੈਨਾ ਹਿੰਦੁਸਤਾਨ ਕਾ ਮੇਨ ਉਦੇਸ਼ ਹੈ ਹਿੰਦੁੱਤ ਕੇ ਲੀਏ ਕਾਮ ਕਰਨਾ, ਆਤੰਕਵਾਦ ਕਾ ਖਾਤਮਾ, ਵਿਕਾਸ ਕਾ ਕਾਮ ਕਰਨਾ, ਤਮਾਮ ਸੁਵਿਧਾਓਂ ਕੋ ਪ੍ਰਦਾਨ ਕਰਨਾ, ਇਹ ਸ਼ਿਵ ਸੈਨਾ ਕਾ ਮੇਨ ਉਦੇਸ਼ ਹੈ।